ਏ ਆਕਾਸ਼ਵਾਣੀ ਜਲੰਧਰ ਹੈ ਹੁਣ ਤੁਸੀਂ ਅਮਨਦੇਵ ਤੋਂ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਸੌਦੀ ਕਰਾਉਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਅਲ ਸੌਦ ਨਾਲ ਦਵਲੀ ਮੀਟਿੰਗ ਕਰਨਗੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ G20 ਦਾ ਨਵੀਂ ਦਿੱਲੀ ਐਲਾਨਨਾਮ ਦਰਸਾਉਂਦਾ ਹੈ ਕਿ ਭਾਰਤ ਦੀ ਪ੍ਰਦਾਨਗੀ ਵਿਚਾਰ ਪੇਸ਼ ਕਰਨ ਆਲਮੀ ਮੁੱਦਿਆਂ ਨੂੰ ਰੂਪ ਦੇਣ, મતਭੇਦ ਦੂਰ ਕਰਨ ਤੇ ਆਮ ਸਹਿਮਤੀ ਬਣਾਉਣ 'ਚ ਸਫਲ ਰਹੀ ਹੈ। ਅਫਰੀਕੀ ਨੇਤਾਵਾਂ ਨੇ ਅਫਰੀਕਨ ਯੂਨੀਅਨ ਨੂੰ G20 'ਚ ਸਥਾਈ ਮੈਂਬਰ ਵਜੋਂ ਸ਼ਾਮਲ ਕਰਨ ਦਾ ਸਵਾਗਤ ਕੀਤਾ ਹੈ ਤੇ ਟੈਨਿਸ ਵਿੱਚ ਨੋਵਾਕ ਜੋਕੋਵਿਚ ਨੇ ਦਾਨਿਲ ਮੈਦਵੇਦੇਵ ਨੂੰ US ਓਪਨ ਦੇ ਫਾਈਨਲ 'ਚ ਹਰਾ ਕੇ ਰਿਕਾਰਡ 24ਵਾਂ ਗ੍ਰੈਂਡ ਸਲੇਮ ਟਾਈਟਲ ਜਿੱਤ ਲਿਆ ਹੈ। ਸਾਊਦੀ ਅਰਬ ਦੇ ਪ੍ਰਧਾਨ ਮੰਤਰੀ ਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਅਲ ਸੌਦ ਅੱਜ ਸਵੇਰੇ ਨਵੀਂ ਦਿੱਲੀ ਵਿੱਚ ਹੈਦਰਾਬਾਦ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਮੀਟਿੰਗ ਤੋਂ ਪਹਿਲਾਂ ਸਾਊਦੀ ਕ੍ਰਾਊਨ ਪ੍ਰਿੰਸ ਦਾ ਸਵੇਰੇ 10 ਵਜੇ ਨਵੀਂ ਦਿੱਲੀ ਚ ਰਾਸ਼ਟਰਪਤੀ ਪਗਉ ਨੂੰ ਵਿਖੇ ਰਸਮੀ ਸਵਾਗਤ ਕੀਤਾ ਜਾਏਗਾ ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਸਾਊਦੀ ਕ੍ਰਾਊਨ ਪ੍ਰਿੰਸ ਵੱਲੋਂ ਭਾਰਤ-ਸਾਊਦੀ ਨੀਤੀਗਤ ਪਾਈਵਾਲੀ ਕੌਂਸਲ ਦੀ ਪਹਿਲੀ ਮੀਟਿੰਗ ਦੇ ਵੇਰਵੇ ਤੇ ਦਸਖਤ ਕੀਤੇ ਜਾਣ ਦੀ ਉਮੀਦ ਹੈ ਸ਼ਾਮੀ 5:30 6 ਵਜੇ ਦੇ ਕਰੀਬ ਉਹਨਾਂ ਵੱਲੋਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨਾਲ ਮੀਟਿੰਗ ਕੀਤੀ ਜਾਏਗੀ ਔਰ ਆਤੀ 8:30 ਵਜੇ ਦੇ ਲਗਭਗ ਨਵੀਂ ਦਿੱਲੀ ਤੋਰਵਾਨਾ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 18ਵੇਂ G20 ਸਿਖਰ ਕਾਨਫਰੰਸ ਮੌਕੇ ਤੇ ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਤਿਨੂਪੂ ਨਾਲ ਦਵਲੀ ਮੀਟਿੰਗ ਕੀਤੀ ਅਤੇ ਰੱਖਿਆ ਖੇਤੀਬਾੜੀ ਮੋਟੇ ਅਨਾਜਾਂ ਵਪਾਰ ਅਤੇ ਨਿਵੇਸ਼ ਸਮੇਤ ਵਿਆਪਕ ਮੁੱਦਿਆਂ ਤੇ ਚਰਚਾ ਕੀਤੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੋਹਾਂ ਦੇਸ਼ਾਂ ਨੇ ਵਪਾਰ ਅਤੇ ਨਿਵੇਸ਼, ਖੇਤੀਬਾੜੀ, ਮੋਟੇ ਨਾਜਾਂ, ਮਾਲੀ ਟੈਕਨੋਲੋਜੀ ਅਤੇ ਸਮਰੱਥਾ ਨਿਰਮਾਣ ਸਮੇਤ ਵਿਆਪਕ ਦੁਵੱਲੇ ਸਹਿਯੋਗ ਦੇ ਵੱਖ-ਵੱਖ ਖੇਤਰਾਂ ਤੇ ਲਾਹੇਵੰਦ ਗੱਲਬਾਤ ਕੀਤੀ ਹੈ। ਰਾਸ਼ਟਰਪਤੀ ਤਨੂਬੂ ਨੇ ਭਾਰਤ ਦੀ G20 ਪ੍ਰਧਾਨਗੀ ਦੀ ਸਫਲਤਾ ਤੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਨਵੀਂ ਦਿੱਲੀ ਵਿੱਚ G20 ਸਿਖਰ ਕਾਨਫਰੰਸ ਤੋਂ ਇਲਾਵਾ ਫਰਾਂਸ, ਜਰਮਨੀ, ਤੁਰਕੀ ਅਤੇ ਅਫਰੀਕੀ ਸੰਘ ਦੇ ਪ੍ਰਧਾਨਾਂ ਸਮੇਤ ਕਈ ਦੇਸ਼ਾਂ ਦੇ ਮੁਖੀਆਂ ਨਾਲ ਦਵੱਲੀਆਂ ਮੀਟਿੰਗਾਂ ਕੀਤੀਆਂ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋ ਨੇ ਪੈरिस ਵਿੱਚ ਇਸ ਸਾਲ ਜੁਲਾਈ ਵਿੱਚ ਆਪਣੀ ਆਖਰੀ ਮੁਲਾਕਾਤ ਤੋਂ ਬਾਅਦ ਦਵੱਲੇ ਸਬੰਧਾਂ ਵਿੱਚ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮਹੱਤਵਪੂਰਨ ਅੰਤਰਰਾਸ਼ਟਰੀ ਅਤੇ ਖੇਤਰੀ ਘਟਨਾਵਾਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਤੁਰਕੀ ਦੇ ਰਾਸ਼ਟਰਪਤੀ ਰੈਸਿਪ ਤਾਇਪ ਏਰਦੋਗਨ ਨਾਲ ਵੀ ਮੁਲਾਕਾਤ ਕੀਤੀ। ਅਫਰੀਕੀ ਸੰਘ ਅਤੇ ਕੋਮੋਰੋਸ ਤੇ ਪ੍ਰਦਾਨ ਅਸਾਲੀ ਉਸਮਾਨੀ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅਫਰੀਕੀ ਸੰਘ ਦੇ G20 ਦਾ ਸਥਾਈ ਮੈਂਬਰ ਬਣਨ ਤੇ ਉਹਨਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵੀ ਦਵੱਲੀ ਗੱਲਬਾਤ ਕੀਤੀ। ਜਰਮਨ ਚਾਂਸਲਰ ਆਲਫ ਸ਼ੋਲਜ਼ ਨਾਲ ਦਵੱਲੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ G20 ਸਿਖਰ ਸੰਮੇਲਨ ਨੂੰ ਆਪਣੇ ਵਿਚਾਰਾਂ ਨਾਲ ਭਰਪੂਰ ਬਣਾਉਣ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਅਤੇ ਜਰਮਨੀ ਸਾਫੂਰਜਾ ਕਾਡਾ ਅਤੇ ਧਰਤੀ ਨੂੰ ਇੱਕ ਬਿਹਤਰ ਗ੍ਰਹਿ ਬਣਾਉਣ ਵੱਲ ਮਿਲ ਕੇ ਕੰਮ ਕਰਨਾ ਜਾਰੀ ਰੱਖ ਸਕਦੇ ਨੇ ਪ੍ਰਧਾਨ ਮੰਤਰੀ ਨੇ G20 ਸਿਖਰ ਸੰਮੇਲਨ ਤੋਂ ਇਲਾਵਾ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕਜੋਲ ਨਾਲ ਵੀ ਮੁਲਾਕਾਤ ਕੀਤੀ 18ਵੀਂ G20 ਸਿਖਰ ਕਾਨਫਰੰਸ ਕਲ ਨਵੀਂ ਦਿੱਲੀ ਵਿੱਚ ਸਮੂਹ ਦੀ ਪ੍ਰਧਾਨਗੀ ਬ੍ਰਾਜ਼ੀਲ ਨੂੰ ਸੌਂਪਣ ਨਾਲ ਹੀ ਸਫਲਤਾਪੂਰਨ ਖਤਮ ਹੋ ਗਈ ਹੈ ਸਮਾਪਤੀ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਸਮੀ ਤੌਰ 'ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਸ ਇਨਾਸੀਓ ਲੂਲਾ ਡਾ ਸਿਲਵਾ ਨੂੰ ਪ੍ਰਧਾਨਗੀ ਸੌਂਪੀ। ਇਸ ਮੌਕੇ ਤੇ ਬੋਲਦਿਆਂ ਸ਼੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਬ੍ਰਾਜ਼ੀਲ ਦੀ ਪ੍ਰਧਾਨਗੀ ਹੇਠ G20 ਫੋਰਮ ਸਾਂਝੇ ਟੀਚੇ ਹਾਸਲ ਕਰਨ ਦੇ ਸਮਰੱਥ ਹੋਏਗੀ। ਪ੍ਰਧਾਨ ਮੰਤਰੀ ਨੇ ਕਾਨਫਰੰਸ ਵਿੱਚ ਤੈਅ ਕੀਤੇ ਗਏ এজেন্ডੇ ਦੀ ਪ੍ਰਗਤੀ ਦੇ ਜਾਇਜ਼ੇ ਲਈ ਨਵੰਬਰ ਦੇ ਅਖੀਰ ਤੇ ਇੱਕ ਵਰਚੁਅਲ ਸੈਸ਼ਨ ਦੀ ਵੀ ਤਜਵੀਜ਼ ਰੱਖੀ। ਪ੍ਰਦਾਨਗੀ ਹਾਸਲ ਕਰਨ ਤੋਂ ਬਾਅਦ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਜੀ-20 ਪ੍ਰਦਾਨਗੀ 'ਚ ਭਾਰਤ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੇ ਉੱਭਰੇ ਦੇਸ਼ਾਂ ਦੇ ਹਿੱਤ ਦੇ ਮੁੱਦਿਆਂ ਨੂੰ ਆਵਾਜ਼ ਦਿੱਤੀ ਹੈ। ਉਹਨਾਂ ਨੇ ਅਫਰੀਕਨ ਯੂਨੀਅਨ ਨੂੰ ਸਮੂਹ ਦਾ ਪੂਰਾ ਮੈਂਬਰ ਬਣਨ ਤੇ ਸਵਾਗਤ ਕੀਤਾ। ਉਹ ਰਾਸ਼ਟਰਪਤੀ ਜਗਦੀਪ ਦਨਕਰ ਨੇ ਨਵੀਂ ਦਿੱਲੀ ਵਿੱਚ ਜੀ-20 ਸਫਲ ਕਾਨਫਰੰਸ ਪਿਛੇ ਭਾਰਤ ਅਤੇ ਦੂਰਦਰਸ਼ੀ ਲੀਡਰਸ਼ਿਪ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਦਨਖੜ ਨੇ G20 ਨਵੀਂ ਦਿੱਲੀ ਐਲਾਨਨਾਮੇ ਤੇ ਪ੍ਰੋਸਾ ਪ੍ਰਗਟਾਇਆ ਅਤੇ ਕਿਹਾ ਕਿ ਇਹ ਆਲਮੀ ਸਹਿਯੋਗ ਲਈ ਖਾਕਾ ਤੈਅ ਕਰਦਾ ਹੈ ਸਿਖਰ ਕਾਨਫਰੰਸ ਨੂੰ ਇਤਿਹਾਸਕ ਦੱਸਦੇ ਹੋਏ ਉਪਰਾਸ਼ਟਰਪਤੀ ਨੇ ਕਿਹਾ ਕਿ ਇਸ ਨੂੰ ਵੱਡੇ ਪੱਧਰ ਤੇ ਮਨੁੱਖਤਾ ਨੂੰ ਦਰਪੇਸ਼ ਸਾਝੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਫੌਰੀ ਲੋੜ ਬਾਰੇ ਵਿਸ਼ਵਨਤਾਵਾਂ ਦਰਮਿਆਨ ਸਹਿਮਤੀ ਬਣਾਉਣ ਲਈ ਯਾਦ ਕੀਤਾ ਜਾਏਗਾ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਕਿਹਾ ਕਿ ਨਵੀਂ ਦਿੱਲੀ G20 ਲੀਡਰਸ ਐਲਾਨਨਾਮੇ ਨੇ ਦਿਖਾਇਆ ਕਿ ਭਾਰਤ ਦੀ ਪ੍ਰਧਾਨਗੀ ਵਿਚਾਰ ਪੇਸ਼ ਕਰਨ ਆਲਮੀ ਮੁੱਦਿਆਂ ਨੂੰ ਰੂਪ ਦੇਣ, મતਭੇਦ ਦੂਰ ਕਰਨ ਤੇ ਸਹਿਮਤੀ ਬਣਾਉਣ 'ਚ ਸਫਲ ਰਹੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈ ਸ਼ੰਕਰ ਨੇ ਕਿਹਾ ਕਿ ਪੂਰੀ ਸਿਖਰ ਕਾਨਫਰੰਸ ਦੌਰਾਨ ਮੁੱਖ ਜ਼ੋਰ ਆਲਮੀ ਦੱਖਣ ਤੇ ਰਿਆ ਤੇ ਸਮਕਾਲੀ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ। ਡਾਕਟਰ ਜੈ ਸ਼ੰਕਰ ਨੇ G20 ਚ ਅਫਰੀਕਨ ਯੂਨੀਅਨ ਨੂੰ ਸ਼ਾਮਲ ਕਰਨ ਦੀ ਛਲਾਗਾ ਕਰਦਿਆਂ ਇਸ ਨੂੰ ਇੱਕ ਵੱਡੀ ਪ੍ਰਾਪਤੀ ਘਰਾਰ ਦਿੱਤਾ। ਏ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ افریقی ਨੇਤਾਵਾਂ ਨੇ ਜੀ20 ਵੱਲੋਂ افریکن یونین ਨੂੰ ਇਸ ਦੇ ਸਥਾਈ ਮੈਂਬਰ ਵਜੋਂ ਸਫੀਗਾਰ ਸਵੀਕਾਰ ਕਰਨ ਦੇ ਸਰਬਸੰਮਤੀ ਨਾਲ ਫੈਸਲੇ ਦਾ ਸਵਾਗਤ ਕੀਤਾ ਤੇ ਇਸ ਨੂੰ ਵਿਸ਼ਾਲ ਅਤੇ ਸਾਧਨ ਭਰਪੂਰ ਮਹਾਦੀਪ ਲਈ ਵਿਸ਼ਵ ਪੱਧਰ ਤੇ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਦਾ ਮੌਕਾ ਮੰਨਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਜੀ-20 ਸਿਖਰ ਕਾਨਫਰੰਸ ਤੇ ਮੇਜ਼ਬਾਨ ਵਜੋਂ ਅਫਰੀਕਨ ਯੂਨੀਅਨ ਨੂੰ ਸਮੂਹ ਦੇ ਸਥਾਈ ਮੈਂਬਰ ਵਜੋਂ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ। ਤੁਰਕੀਏ ਦੇ ਰਾਸ਼ਟਰਪਤੀ ਰੈਸਤੈਪ ਐਰਤੋਗਨ ਨੇ ਕਿਹਾ ਕਿ ਜੇ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਬਣਦਾ ਹੈ ਤਾਂ ਤੁਰਕੀਏ ਇਸ ਤੇ ਮਾਣ ਮਹਿਸੂਸ ਕਰੇਗਾ। ਨਾਲ ਹੀ ਉਹਨਾਂ ਨੇ ਕਿਹਾ ਕਿ ਸਾਰੇ 5 ਗੈਰ ਸਥਾਈ ਮੈਂਬਰਾਂ ਨੂੰ ਵਾਰੀ-ਵਾਰੀ ਨਾਲ ਸੁਰੱਖਿਆ ਕੌਂਸਲ ਦਾ ਮੈਂਬਰ ਬਣਨ ਦਾ ਮੌਕਾ ਮਿਲਣਾ ਚਾਹੀਦਾ ਹੈ। ਪੰਜ ਸਥਾਈ ਮੈਂਬਰਾਂ ਚੀਨ, ਫਰਾਂਸ, ਰੂਸ, ਅਮਰੀਕਾ ਤੇ ਬਰਤਾਨੀਆ ਬਾਰੇ ਸ਼੍ਰੀ 에ਰਦੋਗਨ ਨੇ ਕਿਹਾ ਕਿ ਦੁਨੀਆ ਇਹਨਾ ਤੋਂ ਬਹੁਤ ਵੱਡੀ ਹੈ। ਭਾਰਤ ਦੇ ਪਹਿਲੇ ਸੂਰਜੀ ਮਿਸ਼ਨ ਅਦਿੱਤਿਆ ਐਲਵਾਨ ਨੇ ਧਰਤੀ ਨਾਲ ਜੁੜੀ ਤੀਜੀ ਕਾਰਵਾਈ ਸਫਲਤਾਪੂਰਵਕ ਮੁਕੰਮਲ ਕਰ ਲਈ ਹੈ। ਭਾਰਤੀ ਪੁਲਾੜ ਖੋਜ ਸੰਸਥਾ ISRO ਨੇ ਕਿਹਾ ਹੈ ਕਿ ਇਹ ਅਭਿਆਸ ਬੰਗਲੌਰੂ ਵਿੱਚ ISRO ਦੇ ਟੈਲੀਮੈਟਰੀ ਟਰੈਕਿੰਗ ਐਂਡ ਕਮਾਂਡ ਨੈਟਵਰਕ ਤੋਂ ਸਫਲਤਾਪੂਰਵਕ ਕੀਤੀ ਗਈ। ਭਾਰਤੀ ਸਮੇਂ ਅਨੁਸਾਰ ਅਗਲਾ ਅਭਿਆਸ 15 ਸਤੰਬਰ ਨੂੰ ਸਵੇਰੇ 2 ਵਜੇ ਕੀਤਾ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 11 ਤੋਂ 13 ਸਤੰਬਰ ਤੱਕ ਕਰਵਾਇਆ ਜਾ ਰਿਹਾ ਟੂਰਿਜ਼ਮ ਸਮਿਟ ਦੁਨੀਆਗੇ ਪੰਜਾਬੀਆਂ ਦੀ ਸੂਰਬੀਰਤਾ ਕੁਰਬਾਨੀ ਇਨਕਲਾਬੀ ਸੋਚ ਮਿਹਨਤੀ ਸੂਬਾ ਤੇ ਮੇਜ਼ਬਾਨੀ ਤੇ ਅਦੁੱਤੀ ਜਜ਼ਬੇ ਦਾ ਪ੍ਰਗਟਾਵਾ ਕਰੇਗਾ SAS ਨਗਰ ਵਿਖੇ ਕੰਨਜੀ ਯੂਨੀਵਰਸਿਟੀ ਵਿੱਚ ਕਰਵਾਏ ਜਾਣ ਵਾਲੇ 3 ਦਿਨਾਂ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਗੁਰੂਆਂ ਪੀਰਾਂ ਪੈਗੰਬਰਾਂ ਸੰਤਾਂ ਮਹਾਂਪੁਰਸ਼ਾਂ ਅਤੇ ਕਵੀਆਂ ਦਾ ਆਸ਼ੀਰਵਾਦ ਹਾਸਲ ਹੈ ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਆਜ਼ਾਦੀ ਦੇ ਸੰਘਰਸ਼ ਅਤੇ ਖਰੀ ਕ੍ਰਾਂਤੀ ਵਰਗੇ ਵੱਡੇ ਅੰਦੋਲਨਾਂ ਦੀ ਅਗਵਾਈ ਪੰਜਾਬ ਨੇ ਕੀਤੀ ਉਨ੍ਹਾਂ ਕਿਹਾ ਕਿ ਸੂਬੇ ਨੂੰ ਭੂਗੋਲਕ ਸੁੰਦਰਤਾ ਦੀ ਬਖਸ਼ ਪ੍ਰਾਪਤ ਹੈ ਜਿਹੜੀ ਇਸ ਪਾਵਨ ਧਰਤੀ ਉੱਤੇ ਆਉਣ ਵਾਲੇ ਹਰੇਕ ਵਿਅਕਤੀ ਦੀਆਂ ਅੱਖਾਂ ਨੂੰ ਮੋਹ ਲੈਂਦੀ ਹੈ ਉਨਾ ਅਸਪਰਕਟਾਈ ਕੇ ਇਸ ਸਮੇਲਨ ਸੂਬੇ ਨਕ ਮੰਤਰੀ ਸੈਰਸਪਾਟੇ ਦਾ ਨਕਸ਼ੇ ਤੇ ਲਿਆਏਗਾ ਅਤੇ ਦੁਨੀਆ ਸਾਹਮਣੇ ਸੂਬੇ ਦੇ ਅਮੀਰ ਵਿਰਸੇ ਨੂੰ ਉਭਾਰਨ ਦਾ ਟੁਕਮਾ ਮੰਚ ਸਾਬਤ ਹੋਏਗਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਇਕਨਾਤ शिंदे ਨੇ ਮਰਾਠਾ ਭਾਈਚਾਰੇ ਦੇ ਰਾਖਵੇਂਕਰਨ ਦੇ ਪੱਖ ਦੇ ਮੁੱਦੇ ਨੂੰ ਸਲਝਾਉਣ ਦੀ ਕੋਸ਼ਿਸ਼ ਵਿੱਚ ਅੱਜ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਸੱਦੀ ਹੈ। ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕੱਲ ਦੱਸਿਆ ਕਿ ਸੱਤਾਧਾਰੀ ਅਤੇ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਚੋਟੀ ਦੇ ਨੇਤਾਵਾਂ ਨੇ ਅੱਜ ਦੀ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ ਤਾਂ ਜੋ ਇਸ ਮੁੱਦੇ ਨੂੰ ਸੁਲਝਾਉਣ ਬਾਰੇ ਚਰਚਾ ਕੀਤੀ ਜਾ ਸਕੇ ਯੂਐਸ ਓਪਨ ਟੈਂਸ ਵਿੱਚ ਨੋਵਾਕ ਜੋਕੋਵਿਚ ਨੇ 24ਵਾਂ ਗ੍ਰੈਂਡ ਸਲੈਮ ਟਾਈਟਲ ਜਿੱਤ ਕੇ ਇਤਿਹਾਸ ਰਚਿਆ ਅੱਜ ਤੜਕੇ ਸਰਬੀਆ ਦੇ ਜੋਕੋਵਿਚ ਨੇ ਆਰਥਰ ਐਸ਼ ਸਟੇਡੀਅਮ 'ਚ ਰੂਸ ਦੇ ਦਾਨਿਲ ਮੈਦਵੇਦੇਵ ਨੂੰ ਫਾਈਨਲ 'ਚ 6-3, 7-6, 6-3 ਨਾਲ ਹਰਾ ਦਿੱਤਾ ਇਸ ਜਿੱਤ ਨਾਲ ਜੋਕੋਵਿਚ ਨੇ 24ਵਾਂ ਗ੍ਰੈਂਡ ਸਲੈਮ ਟੈਨਿਸ ਟਾਈਟਲ ਜਿੱਤਣ ਦੇ ਮਾਰਗਰੇਟ ਕੋਰਟ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਔਰਤਾਂ ਦੇ ਡਬਲਸ ਵਿੱਚ ਪਿਛਲੀ ਰਾਤ ਐਰਿਨ ਰੋਲਿਫ ਤੇ ਗੈਬਰੀਏਲਾ ਦ ਬਰੋਵਸਕੀ ਦੀ ਨਿਊ ਜ਼ीलੈਂਡ ਕੈਨੇਡੀਅਨ ਜੋੜੀ ਨੇ ਲੋਰਾ ਸਿਗਮੈਂਟ ਤੇ ਵੈਰਾ ਜਵੋਰੇਵਾ ਦੀ ਜਰਮਨ ਰੂਸੀ ਜੋੜੀ ਨੂੰ 7-6, 6-3 ਨਾਲ ਹਰਾ ਕੇ ਕਿਤਾਬ ਜਿੱਤ ਲਿਆ ਹੈ। ਬੈਡਮਿੰਟਨ ਚ ਭਾਰਤ ਦੇ ਕਿਰਨ ਜੋਰਜ ਨੇ ਉੱਤਰੀ ਸੁਮਾਤਰਾ ਚ ਮੈਡਨ ਵਿਖੇ ਇੰਡੋਨੇਸ਼ੀਆ ਮਾਸਟਰਜ਼ 2023 ਚ ਮਰਦਾਂ ਦਾ ਸਿੰਗਲਸ ਖਿਤਾਬ ਜਿੱਤ ਲਿਆ ਹੈ ਉਸਨੇ ਫਾਈਨਲ ਚ ਜਾਪਾਨ ਦੇ ਕੋ ਤਾਕਾ ਹਾਸ਼ੀ ਨੂੰ 21-19 22-20 ਨਾਲ ਹਰਾਇਆ ਕੁਸ਼ਤੀ ਅਤੇ ਕਬੱਡੀ ਸਾਡੇ ਅਮੀਰ ਵਿਰਸੇ ਦਾ ਅਨਿਖੜਮਾ ਅੰਗ ਹੈ ਤੇ ਇਹ ਸਾਡੇ ਸੱਭਿਆਚਾਰ ਦੀ ਅਸਲ ਭਾਵਨਾ ਨੂੰ ਦਰਸਾਉਂਦੀਆਂ ਨੇ ਖੇਡਾਂ ਨੌਜਵਾਨਾਂ ਨੂੰ ਖੇਡਾਂ ਤੇ ਮੈਦਾਨਾਂ ਵਿੱਚ ਜੋੜ ਕੇ ਨਸ਼ਿਆਂ ਤੋਂ ਦੂਰ ਕਰਨ 'ਚ ਵੀ ਅਹਿਮ ਭੂਮਿਕਾ ਅਦਾ ਕਰਦੀਆਂ ਨੇ ਪੰਜਾਬ ਦੇ ਲੋਕਪਾਲ ਜਸਟਿਸ ਵਿਨੋਦ ਕੇ ਚਰਮਾ ਨੇ ਇਹ ਵਿਚਾਰ ਮੋਰਿੰਡਾ ਦੇ ਪਿੰਡ ਉਹਨਾਂ ਦੇ ਵਿਕੇ ਆਯੋਜਿਤ ਕਬੱਡੀ ਕੱਪ ਅਤੇ ਕੁਸ਼ਤੀ ਦੰਗਲ ਦੌਰਾਨ ਮੁੱਖ ਮਹਿਮਾਨ ਵੱਜੋਂ ਬੋਲਦਿਆਂ ਪ੍ਰਗਟ ਕੀਤੇ ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਅਲ ਸਾਊਦ ਨਾਲ ਦਵੱਲੀ ਮੀਟਿੰਗ ਕਰਨਗੇ। ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਜੀ20 ਦਾ ਨਵੀਂ ਦਿੱਲੀ ਐਲਾਨਨਾਮਾ ਦਰਸਾਉਂਦਾ ਹੈ ਕਿ ਭਾਰਤ ਦੀ ਪ੍ਰਧਾਨਗੀ ਵਿਚਾਰ ਪੇਸ਼ ਕਰਨ, ਆਲਮੀ ਮੁੱਦਿਆਂ ਨੂੰ ਰੂਪ ਦੇਣ, મતਭੇਦ ਦੂਰ ਕਰਨ ਤੇ ਆਮ ਸਾਂਝੀ ਬਣਾਉਣ 'ਚ ਸਫਲ ਰਹੀ ਹੈ। ਅਫਰੀਕੀ ਨੇਤਾਵਾਂ ਨੇ ਅਫਰੀਕਨ ਯੂਨੀਅਨ ਨੂੰ G20 'ਚ ਸਥਾਈ ਮੈਂਬਰ ਵਜੋਂ ਸ਼ਾਮਲ ਕਰਨ ਦਾ ਸਵਾਗਤ ਕੀਤਾ ਹੈ ਤੇ ਟੈਨਿਸ ਵਿੱਚ ਨੋਵਾਕ ਜੋਕੋਵਿਚ ਨੇ ਦਾਨਿਲ ਮੈਦਵੇਦੇਵ ਨੂੰ ਯੂਐਸ ਓਪਨ ਦੇ ਫਾਈਨਲ ਜਿਤਾ ਕੇ ਰਿਕਾਰਡ 24ਵਾਂ ਗ੍ਰੈਂਡ ਸਲੈਮ ਟਾਈਟਲ ਹਾਸਲ ਕਰ ਲਿਆ ਹੈ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ